ਵਾਸੀ ਵਾਰਡ ਨੰਬਰ 7 ਮੰਡੀ ਭਾਈ ਨੇ ਅੱਜ ਸਾਨੂੰ ਬਿਆਨ ਲਿਖਾਇਆ ਵਾ ਕਿ ਉਹਦੇ ਪਤੀ ਦਾ ਭਰਾ ਬਣਿਆ ਸੀਗਾ ਜੀ ਪ੍ਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ, ਉਹਦੀ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹਦਾ ਇੱਕ ਲੜਕਾ ਸੁਖਦੀਪ ਸਿੰਘ ਸੀਗਾ, ਸੁਖਦੀਪ ਸਿੰਘ ਉਰਫ ਸੋਨੂੰ, ਅਤੇ ਉਹ ਇਹਦੇ ਕੋਲ ਰਹਿੰਦਾ ਸੀ, ਸਾਂਭ ਸੰਭਾਲ ਇਹ ਕਰਦੀ ਸੀ ਪਰਮਜੀਤ ਕੌਰ। ਅਤੇ ਇਹਦੇ ਸੁਖਦੀਪ ਸਿੰਘ ਦੇ ਉੱਤੇ ਲਖਵੀਰ ਸਿੰਘ ਉਰਫ ਸੋਨੂੰ ਹੈਗਾ ਵਾ ਪੁੱਤਰ ਮਹਿੰਦਰ ਸਿੰਘ, ਉਹ ਸ਼ੱਕ ਕਰਦਾ ਸੀ ਕਿ ਇਹਦੇ ਨਜਾਇਜ਼ ਸੰਬੰਧ ਆ, ਅਤੇ ਉਹ ਇਹਨੂੰ ਡਾਂਟਦਾ ਸੀ ਕਿ ਮੇਰੇ ਘਰੋਂ ਚੱਲ ਜਾਵੇ। ਅਤੇ ਇਹਨਾਂ ਕਰਕੇ ਇਹਨਾਂ ਦੀ ਲੜਾਈ ਹੋਈ ਸੀ, ਅਤੇ ਮਤਲਬ ਉਹਨੇ ਸੱਟ ਮਾਰ ਦਿੱਤੀ, ਸਿਲੰਡਰ ਚੁੱਕ ਕੇ ਇਹਨਾਂ ਦੇ ਘਰ 'ਚ ਉਹਦੇ ਸਿਰ 'ਚ ਮਾਰਿਆ, ਅਤੇ ਨਾਲ ਉਹਦੀ ਇੱਕ ਲੇਡੀ ਸੀਗੀ, ਉਹਦੀ ਮਿਸਿਜ਼ ਸੀਗੀ ਕਰਮਜੀਤ ਕੌਰ ਇੱਕ ਦਾ ਲੜਕਾ ਬਹੁਤ ਵੀ ਸੀਗਾ। ਇਹਨਾਂ 'ਤੇ ਮੁਕੱਦਮਾ ਦਰਜ ਕਰਤਾ ਵਾ 302 34 ਆਈ ਪੀ ਸੀ ਤਫਤੀਸ਼ ਕਰ ਰਹੇ ਹਾਂ। ਇਹ ਜੀ ਠੇਕੇ 'ਤੇ ਲੜਦੇ ਸੀਗੇ, ਬਸ ਆਪਸ ਮੈਂ ਬੋਲਦੇ ਬੋਲਦੇ ਘਰ ਆ ਗਏ। ਇਹ ਘਰ ਆ ਕੇ ਮੈਨੂੰ ਦੱਸਣ ਲੱਗਾ ਵੀ ਮਾਤਾ ਮੇਰੇ ਨਾਲ ਲੜਾਈ ਹੋ ਗਈ ਥਾਣੇ 'ਤੇ, ਹਾਲੇ ਦੱਸਦਿਆਂ ਦੱਸਦਿਆਂ ਅਤੇ ਉਹਨਾਂ ਨੂੰ ਇਹ ਬੰਦੇ ਲੈ ਕੇ ਸੋਨੂੰ ਅਤੇ ਇਹਦੇ ਮਗਰ ਆ ਗਿਆ। ਇਹਨਾਂ ਨੇ ਘਰ ਆ ਕੇ ਇਹਦੇ 'ਤੇ ਪੂਰੀ ਕਾਰਵਾਈ ਕੀਤੀ, ਸਿਲੰਡਰੀ ਮੰਜੇ ਦੇ ਨਾਲ ਲੱਗੀ ਪਈ ਸੀ, ਉਹ ਸਿਲੰਡਰੀ ਚੱਕ ਕੇ ਇਹਦੇ ਸਿਰ 'ਚ ਮਾਰੀ ਅਤੇ ਇਹਨੂੰ ਪੂਰਾ ਜ਼ਖਮੀ ਕਰ ਦਿੱਤਾ। ਮੈਥੋਂ ਉਸ ਵਕਤ ਇਹਨਾਂ ਨਾਲ ਥਾਣੇ 'ਤੇ ਤਲਾਹ ਨਹੀਂ ਦਿੱਤੀ ਗਈ, ਮੈਂ ਇਹਨੂੰ ਚੱਕ ਕੇ ਸਰਕਾਰੀ ਹਸਪਤਾਲ ਲੈ ਗਈ। ਉਹਨਾਂ ਨੇ ਇਹਦੀ ਪਰਚੀ ਬਣਾ ਤੀ, ਪਰਚੀ ਬਣਾ ਕੇ ਉਹ ਕਹਿੰਦੇ ਅਸੀਂ ਇਹਨੂੰ ਤਲਾਹ ਕਰ ਦਿੰਦੇ, ਇਹ ਜ਼ਿਆਦਾ ਸੀਰੀਅਸ ਆ, ਇਹਨੂੰ ਤੁਸੀਂ ਫਰੀਦਕੋਟ ਲੈ ਜਾਓ। ਇਹਨਾਂ ਨੇ ਸਾਨੂੰ ਇੱਥੋਂ ਰੈਫਰ ਕਰਤਾ, ਅਸੀਂ ਫਰੀਦਕੋਟ ਲੈ ਕੇ ਗਏ ਹਾਂ। ਉੱਥੇ ਉਹਨਾਂ ਨੇ ਇੱਕ ਰਾਤ ਰੱਖਿਆ ਗਿਆ, ਉਸ ਤੋਂ ਬਾਅਦ ਸਾਨੂੰ 8-9 ਵਜੇ ਉਹਨਾਂ ਨੇ ਛੁੱਟੀ ਕਰਤੀ, ਰੈਫਰ ਕਰਤਾ ਵੀ ਤੁਸੀਂ ਚੰਡੀਗੜ੍ਹ ਲੈ ਜਾਓ। ਅਸੀਂ ਚੰਡੀਗੜ੍ਹ ਲੈ ਕੇ ਗਏ ਹਾਂ ਅਤੇ ਉੱਥੇ ਜਾ ਕੇ ਇਹਦੀ ਡੈਥ ਹੋ ਗਈ। ਉਹਨਾਂ ਨੇ ਚੰਡੀਗੜ੍ਹ ਵਾਲਿਆਂ ਨੇ ਦੇਖ ਕੇ ਸਾਨੂੰ ਕਹਿਤਾ ਵੀ ਇਹਦੇ ਵਿੱਚ ਕੁਛ ਨਹੀਂ ਗਾ। 1 ਵਜੇ ਅਸੀਂ ਚੰਡੀਗੜ੍ਹ ਪਹੁੰਚੇ ਹਾਂ, ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਐਂਬੂਲੈਂਸ ਦਿੱਤੀ, ਫਿਰ ਅਸੀਂ ਇਹਨੂੰ ਲੈ ਕੇ ਆਏ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਇਹ ਮੰਗ ਕਰਦੇ ਹਾਂ ਜੀ ਵੀ ਸਾਡਾ ਮੁੱਲ ਮੁੜਨਾ ਚਾਹੀਦਾ ਜੀ, ਅਸੀਂ ਤਾਂ ਇਹ ਆ ਕਾਰਵਾਈ ਹੋਣੀ ਚਾਹੀਦੀ, ਇਨਸਾਫ ਲੈਣਾ ਅਸੀਂ, ਕਿਉਂ ਕੀਤਾ ਉਹ ਫੜਿਆ ਜਾ ਸਕਦਾ, ਹੋਰ ਵੀ ਕਿਸੇ 'ਤੇ ਹੋ ਸਕਦਾ। ਸੁਖਦੀਪ ਸਿੰਘ ਸੁਣ ਲਓ ਜੀ।